स्वागत है किसान वीरों तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस चैनल से पहली बार वीडियो देख रहे हैं उन्हां नूं रिक्वेस्ट है जी अपने यूट्यूब चैनल नूं सबसक्राइब कर लियो। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकते हो। मेरा मोबाइल नंबर है 8427-19817। सत श्री अकाल भाई। हाँ जी भरे, नाम एड्रैस बोले जी अपना। नाम जगजीत सिंह जी, पिंड बरनाला, कोठे गुरु रामदास नगर, सेखा। ठीक है जी। मोबाइल नंबर भाई अपना 98-153-9-107। आप चार दिन पहला वीडियो कवर करी सी जी, वधिया बैके पशु। ठीक है, अज आप किन्ने नग दिखाने? ठीक है, पहले नंबर जी सूई सवाई देखते पे पिछे ये कट्टी है ना। केड़ा सूआ फिर सूई है? ठीक है, थोड़ी बड़ी होके बनी है। ठीक है जी। ਬੋਲਾ ਕਿੰਨਾ ਹੈ ਬਾਈ ਹੁਣ? ਬੋਲਾ ਹੁਣ 11 ਕਿਲੋ ਜਮਾ ਤਿਆਰ ਆ ਜੀ, ਅੱਜ ਕੀ ਜਾਂ ਸੂਈ ਨੂੰ 11 ਕਿਲੋ ਬੋਲਾ ਰੈਡੀ ਪਿੱਛੇ ਕੱਟੀ। ਤੇ ਮੁੱਲ ਬਾਈ ਇਹਦਾ ਕੀ ਆ? ਮੁੱਲ ਦਾ 95000 ਰੁਪਏ। ਗਜੈਸ ਹੋ ਜੀ ਮੌਕੇ ਤੇ। ਹਾਂ ਜੀ, ਮੌਕੇ ਤੇ ਮੰਨਤਾ ਨੂੰ। ਸਰ 95000 ਰੁਪਏ ਵੀਰ ਨੇ ਕੀਤਾ ਭਾਗ। 10 ਕਿਲੋ ਤੋਂ ਬਾਹਰ ਬੋਲਾ ਰੈਡੀ ਆ। ਤੇ ਇਸ ਵਕਤ ਇਹਦੇ ਆ ਦੇਖੋ ਅੰਡਰ ਦੇ ਸੌਰੀ ਪਿੰਡੇ ਦੇ ਨਾਲਾ ਨੂੜਾ ਬਹੁਤ ਚੰਗੇ ਦਿਖਾਈ ਦਿੰਦੇ ਪਏ ਆ। ਚੰਗੀ ਸਮੀ ਬੜੀ ਜਾਨ ਵਾਲੀ ਜਾਤ ਪਾਤ ਵਾਲੀ ਝੋਟੀ ਆ। 95000 ਕੀਤਾ ਵੀਰ ਨੇ ਭਾਗ ਦਾ। ਆ ਕੱਟੀ ਦੇਖੋ ਪਿੱਛੇ ਬਹੁਤ ਪਿਆਰੀ ਚੰਗੀ। ਸਰ ਪਹਿਲੇ ਨੰਬਰ ਵਾਲੀ ਝੋਟੀ ਦੇਖ ਸਕਦੇ ਹੋ, ਪਲੂਣ ਸੂਈ ਹੋਈ ਆ। ਥਣ ਲੇਵਾ ਬਹੁਤ ਸਾਫ਼ ਸੁਥਰਾ ਚੰਗਾ ਥਣ ਤੁਹਾਨੂੰ ਦੇਖਣ ਨਿਕਲਵਾ। ਬਹੁਤ ਹੀ ਵਿੱਚ ਦੇ ਚੰਗਾ ਬੈਰ ਤੇ ਲੱਗਿਆ। ਲੈ ਚੱਲ ਵੀਰੇ ਅੰਦਰ ਨੂੰ, ਥੋੜਾ ਬੱਚੇ ਨੂੰ ਬੜਾ ਦੌੜਦੀ ਪਈ ਆ। ਅਤੇ ਫੇਸ ਕੁਆਲਿਟੀ ਵਗੈਰਾ ਦੇਖੋ ਜੀ, ਥਣ ਤੁਹਾਨੂੰ ਪੂਰਾ ਚੰਗਾ ਕੰਮ ਦਾ। 11 ਕਿਲੋ ਦੁੱਧ ਵੀਰ ਕਹਿੰਦਾ ਰੈਡੀ ਆ, 10 ਕਿਲੋ ਮੰਨ ਕੇ ਚੱਲੋ। ਅਤੇ ਜਿਹੜੇ ਹਿਸਾਬ ਨਾਲ ਥੋੜ੍ਹੇ ਦਿਨਾਂ ਦੀ ਸੂਈ ਵੀ 3-4 ਦਿਨਾਂ ਦੁੱਧ ਇੰਨਾ ਕੱਢਦੀ ਪਈ ਆ। ਦੁੱਧ 13, 13.5, 14 ਆਰਾਮ ਨਾਲ ਦਿੰਦੀ, 14 ਕਿਲੋ ਤੱਕ ਕੱਦ ਖੜ ਬਾਡੀ ਵੇਟ ਚੰਗਾ ਇਹਦਾ। ਹਾਂਜੀ ਭਾਈ, ਦੂਜਾ ਨੰਬਰ ਇਹ ਝੂਟੀ ਦੇਖਦੇ ਪਏ ਭਾਈ। ਇਹ ਗੱਬਾਂ ਆ ਜੀ, ਠੀਕ ਹੈ। ਇਹਦੇ 20 ਤਰੀਕ ਨੂੰ ਦਿਨ ਪੂਰੇ ਆ। 20 ਤਰੀਕ ਨੂੰ ਦਿਨ ਪੂਰੇ ਆ। ਸੂਆ ਵੀਰ ਕਿਹੜਾ ਸੂਗੀ? ਸੂਆ ਇਹ ਤੀਜਾ ਸੂਗੀ ਹੈ ਜੀ। ਤੀਜਾ ਸੂਆ ਸੂਗੀ ਤੇ 20 ਤਰੀਕ ਨੂੰ ਦਿਨ ਪੂਰੇ ਆ। ਅੱਜ 8-9 ਦਿਨ ਪਏ ਆ ਸੂਣ ਦੇ ਵਿੱਚ। ਦੋ ਸੂਏ ਨੇ ਪਿਛਲੇ ਸੂਏ 15 ਕਿਲੋ ਤੋਂ ਜਮਾ ਨਪਾਇਆ ਗੰਨ। ਠੀਕ ਹੈ, ਪਾਦੂ 15 ਤੋਂ ਬਾਹਰ ਇਸ ਵਾਰ। ਪੈ ਗਈ ਤਾਂ ਪੱਕ ਗਈ ਜੀ, ਮੌਸਮ ਚੰਗਾ ਆ ਰਿਹਾ ਹੋਰ। ਠੀਕ ਹੈ, ਭਾਅ ਇਹਦਾ ਕੀ ਆ? ਦੇਣ ਲੈਣੇ ਭਾਅ ਕਰਨੇ ਫਾਲਤੂ ਕਰਨੇ? ਦੇਣ ਲੈਣੀ 75000 ਰੁਪਏ। ਠੀਕ ਹੈ ਸਰ, ਦੇਣ ਲੈਣ ਵਾਲਾ ਭਾਅ ਵੀਰ 75000। ਜੇਕਰ ਸੂਣ ਦੇ ਨਜ਼ਦੀਕ ਹੁੰਦੀ ਸੂਈ ਹੁੰਦੀ ਤਾਂ ਮੇਰੇ ਹਿਸਾਬ ਨਾਲ 80-85 ਹੋਣਾ ਸੀ। ਅਤੇ ਥਣ ਝੋਲੀ ਥੱਲੇ ਜਿਹੜੇ 3 ਝੋਲੀ ਦਿਖਾਈ ਦਿੰਦੀ ਆ ਉਹਦਾ ਬਣਾਉਂਦਾ ਜਾਂਦਾ। ਅਤੇ ਬਾਕੀ ਮਿਲਕਵੇ ਦੇਖੋ ਇਹਦੀ ਬਹੁਤ ਚੰਗੀ ਮਿਲਕਵੇ ਨਾਲ ਥਣ ਤੋਂ ਬਹੁਤ ਚੰਗਾ ਕੰਮ ਦਾ। 75000 ਦਾ ਭਾਅ ਤੋਰ ਦੇ ਫਿਰ ਬਾਹਰ ਨੂੰ। ਸਰ ਦੂਸਰੇ ਨੰਬਰ 'ਤੇ ਤੀਸਰਾ ਸੂਗਾ ਸੂਣ ਨੂੰ ਰੈਡੀ ਆ। ਦੁੱਧ ਵੀਰ ਕਹਿੰਦਾ 15 ਕਿਲੋ ਚੋਇਆ ਹੋਇਆ, ਪਰ ਇਹਦੇ ਲੇਵੇ ਦੀ ਬਣਤਰ ਦੱਸਦੀ ਪਈ ਕਿ ਝੋਲੀ ਚੰਗੀ ਇਹਨੇ ਖੁੱਲ੍ਹਣੀ ਆ। ਆ ਦੇਖੋ ਇਹਦੀ ਫੇਸ ਕੁਆਲਿਟੀ ਵਗੈਰਾ, ਸਿੰਗ ਮਾੜਾ ਜਿਹਾ ਖੁੱਲ੍ਹਾ ਆ ਗਿਆ। ਅਤੇ ਮਿਲਕ ਵੀ ਚੰਗੀ ਆ। 75000 ਭਾਅ ਜੀ ਅੱਜ ਦਾ? ਅੱਜ ਦਾ 75000। ਠੀਕ ਆ, ਜੇ ਤਿਆਰ ਹੋ ਗਈ ਤਾਂ ਜਾਊ 85। ਹਾਂ ਜੀ, ਫੇਰ ਤਾਂ ਬਦਲਣਾ ਹੀ ਹੈ ਜੀ। ਠੀਕ ਆ, ਕੋਈ ਬੰਦਾ ਚਾਹ ਬਣ ਹੋਵੇ ਜੀ 75000। ਸਿਰਫ 75000 ਦੀ ਮੇਰੇ ਹਿਸਾਬ ਨਾਲ ਮਾੜੀ ਨਹੀਂ। ਥੱਲੇ ਝੋਲੀ ਦੇਖੋ, ਥੱਲੇ ਨੂੰ ਲੌਂਗ ਹੋਈ ਇਹਦੀ, ਜਿਉਂ ਜਿਉਂ ਇਹਨੇ ਇਸ ਤਰ੍ਹਾਂ ਖੋਲ੍ਹਦੇ ਤੁਰੇ ਹਨ ਫੁੱਟਬਾਲ ਦੀ ਤਰ੍ਹਾਂ ਇਹਨੇ। ਖੈਰ ਭਾਅ ਵੀ ਚੰਗਾ, ਝੋਟੀ ਵੀ ਚੰਗੀ ਆ। 75000 ਦਾ ਭਾਅ, ਦੁੱਧ 15 ਦੇ ਤਾਂ ਆਰਾਮ ਨਾਲ ਪੋਲਿਆ ਸਾ, ਚੰਗੀ ਆ, ਮਾੜੀ ਨਹੀਂ ਰਹਿੰਦੀ ਇਹ। ਅਤੇ ਅੱਗੇ ਵੀਰੇ ਤੀਜਾ ਨੰਬਰ ਆਪਾਂ ਦੇਖਦੇ ਹਾਂ, ਇਹ ਕਿਹੜਾ ਸੂਆ ਸੁਣਦੀ? ਇਹ ਦੂਜਾ ਸੂਆ ਸੁਣਦੀ ਹੈ ਜੀ। ਠੀਕ ਹੈ, ਥੋੜ੍ਹੇ ਕੱਦ ਦਰਮਿਆਨੇ ਦੀ ਆ ਗਈ ਨਾ। ਹਾਂ। ਠੀਕ ਹੈ, ਦਿਨ ਕਿੰਨੇ ਕੁ ਲੈ ਜੂ ਵੀਰੇ? ਇਹ 6 ਪਏ ਬਈ, ਦਿਨ ਪੂਰੇ ਹੋਣ 'ਚ 2-4 ਦਿਨ ਉੱਤੇ ਵੀ ਲੈ ਸਕਦੇ। ਠੀਕ, ਮੰਨ ਕੇ ਚਲੋ ਵੀ 10 ਦਿਨਾਂ ਨੂੰ ਸੂਗੀ। ਹਾਂ, 10 ਦਿਨ ਹਫ਼ਤੇ ਦੇ ਵਿੱਚ ਵਿੱਚ ਸੂਕੂਗੀ। ਅਤੇ ਭਾਅ ਕਿੰਨਾ ਜੀ ਇਹਦਾ? ਭਾਅ ਤਾਂ ਲੈਣ ਦੇ 70000 ਰੁਪਏ। ਦੁੱਧ ਕਿੰਨਾ ਕੁ ਦੇ ਦੂਗੀ ਜੀ? ਦੁੱਧ ਇਹਨੇ ਪਹਿਲੇ ਸੂਏ 12 ਕਿਲੋ ਦਿੱਤਾ ਜੀ। 13 ਮੰਨ ਕੇ ਲੈ ਲਿਆ ਅਗਲਾ। ਐਂਜੀ ਕਿਲੋ ਕਿਲੋ ਲਓਗੇ। ਸੋਵਰ ਤੀਜੇ ਨੰਬਰ ਵਾਲੀ ਝੋਟੀ ਦੇਖ ਸਕਦੇ ਹੋ ਤੁਸੀਂ, ਬਹੁਤ ਚੰਗੀ 70000 ਦੀ ਵੇਖਣਾ ਦੇ ਦਾਂਗੇ ਅੱਜ। ਥਣ ਲੇਵਾ ਚੰਗਾ ਸਾਫ਼ ਸੁਥਰਾ ਸੋਹਣਾ ਦਿਖਾਉਂਦੀ ਪਈ ਆ। ਦਿਨ 5-7 ਲੈ ਜੇ ਦੁੱਧ 13 ਕਿਲੋ ਆਰਾਮ ਨਾਲ ਦੇ ਦੂਗੀ। ਸਾਈਜ਼ ਥੋੜ੍ਹਾ ਜਿਹਾ ਮੀਡੀਅਮ ਆ। ਅਤੇ ਸਿੰਗ ਵਗੈਰਾ ਪੂਰਾ ਸਾਫ਼ ਹੈ ਇਹਦਾ, ਸਿੰਗ ਦੇਖੋ ਰਿੰਗ, ਸਿੰਗ ਕੁੰਡੀ, ਅਤੇ ਥਣ ਪੂਰਾ ਮੋਟਾ ਗੁੱਲੇ ਵਾਲਾ ਥਣ ਲੱਗਿਆ, ਮੁੱਠੀ ਵਾਲਾ ਦੇਖੋ। ਲੈ ਚਲੋ ਇਹ ਸੀਗੀ ਤੀਸਰੇ ਨੰਬਰ 'ਤੇ ਗੱਬਣ। ਹਾਂਜੀ ਭਾਈ, ਨੰਬਰ ਬੋਲੇ ਦੁਬਾਰੇ। 98-153-9-107। ਠੀਕ ਹੈ, 3 ਨਗ ਫਿਲਹਾਲ ਵਕਾਊ ਆਪਣੇ ਕੋਲੇ। ਹਾਂ ਜੀ, ਕੱਲ੍ਹ ਹੋਰ ਵੀ ਮੱਝਾਂ ਆਉਣੀਆਂ ਨੇ ਜੀ। ਠੀਕ ਹੈ, ਸਬਰ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ। ਸੋ ਖਾਸ ਬਰਨਾਲਾ ਸ਼ਹਿਰ ਤੋਂ ਵੀਡੀਓ ਕਵਰ ਕਰ ਚੁੱਕਿਆ ਸੇਖਾ ਰੋਡ ਤੋਂ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀਡੀਓ ਨਾਲ।